ਦੇਖੋ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣਾ ਇਹ ਰਵਨੀਤ ਬਿੱਟੂ ਦੇ ਡੀਐਨਏ ਦੇ ਵਿੱਚ ਹੀ ਹੈ ਪਰ ਜਿਹੜਾ ਅੱਜ ਦਾ ਬਿਆਨ ਹੈ ਉਹ ਮੈਨੂੰ ਟਿਕਟ ਲੈਂਡ ਦੀ ਮਜਬੂਰੀ ਵੱਧ ਚਾਪ ਰਿਹਾ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਰਵਨੀਤ ਬਿੱਟੂ ਅਲੱਗ ਥਲੱਗ ਪੈ ਗਿਆ ਹੈ ਤੇ ਐਤਕੀ ਟਿਕਟ ਕੱਟੇ ਜਾਣ ਦੇ ਪੂਰੇ ਪੂਰੇ ਅਸਰ ਨਹੀਂ ਕਾਰਨ ਸਪਸ਼ਟ ਹੈ ਨਿੱਜੀ ਮਫਾਦਾ ਕਰਕੇ ਭਗਵਾਨ ਤਮਨ ਸਾਹਿਬ ਦਾ ਬੁਲਾਰਾ ਬਣਨਾ ਸਰਕਾਰ ਦੀ ਹਮਾਇਤ ਕਰਨਾ ਔਰ ਸਰਕਾਰ ਦੇ ਮਾੜੇ ਕੰਮਾਂ ਨੂੰ ਵੀ ਸਲਾਉਣਾ ਕਿ ਪਤਾ ਨਹੀਂ ਕਿੱਡਾ-ਕਵੱਡਾ ਕੰਮ ਕਰਤਾ ਮੁੱਖ ਮੰਤਰੀ ਭਗਵੰਤ ਮਾਨ ਮੇਰਾ ਰਵਨੀਤ ਬਿੱਟੂ ਸਾਹਿਬ ਨੂੰ ਸਿੱਧਾ-ਸਿੱਧਾ ਸਵਾਲ ਹੈ ਕਿ ਭਰਾਵਾ ਤੇਰੀ ਆਪਣੀ ਟਿਕਟ ਕਿਤੋਂ ਪੱਕੀ ਹੈ ਕਾਂਗਰਸ ਨੇ ਦੇਣੀ ਨਹੀਂ ਆਮ ਆਦਮੀ ਪਾਰਟੀ ਨੇ ਉਹਦੇ ਚਰਿੱਤਰ ਦੇ ਹਿਸਾਬ ਨਾਲ ਵਰਤ ਕੇ ਸਿੱਟ ਦੇਣਾ ਤੇ ਚੈਲੰਜ ਕਰਦੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਸੋ ਬਾਜਫ ਹੋਊਗਾ ਕਿ ਪਹਿਲਾਂ ਟਿਕਟ ਲਿਆਓ ਕਿਹੜੀ ਪਾਰਟੀ ਤੋਂ ਚੋਣ ਲੜਨੀ ਹੈ ਕਿਹੜੇ ਹਲਕੇ ਤੋਂ ਚੋਣ ਲੜਨੀ ਹੈ ਫਿਰ ਆ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲ ਕਰੀ ਔਰ ਫਿਰ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦਾ ਬਖੂਬੀ ਤੇ ਟੁਕਮਾ ਜਵਾਬ ਦੇ